सुप्रीम कोर्ट ने औरतों के हक दे विच लिया एक होर वड्डा फैसला। औरतों लई वरते जांदे छेड़छाड़ दे व्यापार हाउसवाइफ वर्गे शब्दों के उत्ते लगा दित्ती पाबंदी। जाणो आखिर सुप्रीम कोर्ट दे वल्लों क्यों लिया गया यह वड्डा फैसला। इस वेले की वड्डी खबर तुहाडे नाल सांझी करन जा रहे हां कि जिथे औरतों नूं लैके आए दिन ही कोई ना कोई मामला कोर्ट दे विच या कह दिए कि अदालत दे विच चलदा नसर आउंदा रहिंदा है, तां उस नूं लैके हुण जो औरतों नूं लैके शब्दों का प्रयोग अदालत दे विच कीता जांदा सीगा उस नूं लैके सुप्रीम कोर्ट ने एक वड्डा फैसला सुना दिता है। सुप्रीम कोर्ट का कहना है कि अदालत के अंदर औरतों के लिए जो इतराज योग टिप्पणियां कीतियां जांदियां ने ਉਹ ਹੁਣ ਨਹੀਂ ਕੀਤੀਆਂ ਜਾਣਗੀਆਂ, ਉਹਨਾਂ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਤਰਾਜ਼ਯੋਗ ਜੋ ਟਿੱਪਣੀਆਂ ਕੀਤੀਆਂ ਜਾਂਦੀਆਂ ਸੀਗੀਆਂ ਉਹਨਾਂ ਦੇ ਵਿੱਚ ਜ਼ਿਆਦਾਤਰ ਛੇੜਛਾੜ ਦੇ ਵਪਾਰ ਤੇ ਹਾਊਸ ਵਾਈਫ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਸੀਗਾ, ਪਰ ਹੁਣ ਸੁਪਰੀਮ ਕੋਰਟ ਨੇ ਇਹਨਾਂ ਸ਼ਬਦਾਂ ਦੇ ਉੱਤੇ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਬਦ ਹੁਣ ਅਦਾਲਤ ਦੇ ਵਿੱਚ ਔਰਤ ਦੇ ਲਈ ਨਹੀਂ ਵਰਤੇ ਜਾਣਗੇ। ਆਖਰਕਾਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਲਾਗੂ ਹੋਵੇਗਾ, ਕਿਸ ਤਰੀਕੇ ਦੇ ਨਾਲ ਉਹਨਾਂ ਸ਼ਬਦਾਂ ਦੀ ਜਗ੍ਹਾ ਹੋਰ ਕਿਹੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇਗਾ ਤਾਂ ਆਓ ਜਾਣਦੇ ਹਾਂ। ਤਾਂ ਦੱਸ ਦਈਏ ਕਿ ਜਿੱਥੇ ਹਾਸਲ ਜਾਣਕਾਰੀ ਦੇ ਮੁਤਾਬਕ 30 ਪੰਨਿਆਂ ਦੀ ਇੱਕ ਹੈਂਡਬੁੱਕ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਜੇਕਰ ਜੱਜ ਹਾਨੀਕਾਰਕ ਰੂੜੀਵਾਦੀ ਧਾਰਨਾਵਾਂ ਤੇ ਭਰੋਸਾ ਕਰਦੇ ਹਨ ਤਾਂ ਇਹ ਕਾਨੂੰਨ ਦੇ ਆਦੇਸ਼ ਅਤੇ ਨਿਰਪੱਖ ਵਰਤੋਂ ਨੂੰ ਵਿਗਾੜ ਸਕਦਾ ਹੈ ਤਾਂ ਇਹ ਵਿਤਕਰੇ ਤੇ ਬੇਦਖਲੀ ਨੂੰ ਕਾਇਮ ਰੱਖ ਸਕਦਾ ਹੈ। ਹੈਂਡਬੁੱਕ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਔਰਤ ਦੇ ਚਰਿੱਤਰ ਜਾਂ ਉਸ ਵੱਲੋਂ ਪਹਿਨੇ ਜਾਣ ਵਾਲੇ ਕੱਪੜੇ ਜਿਨਸੀ ਸੰਬੰਧਾਂ ਦੇ ਨਾਲ ਨਾਲ ਔਰਤਾਂ ਦੇ ਸ਼ਖਸੀਅਤ ਵਿੱਚ ਸਹਿਮਤੀ ਦੇ ਮਹੱਤਵ ਨੂੰ ਕਮਜ਼ੋਰ ਕਰਦਾ ਹੈ। ਤਾਂ ਦੱਸ ਦਈਏ ਕਿ ਜਿੱਥੇ ਛੇੜਛਾੜ ਦੇ ਵਪਾਰ ਹਾਊਸ ਵਾਈਫ ਵਰਗੇ ਸ਼ਬਦ ਜੋ ਮਹਿਲਾਵਾਂ ਲਈ ਵਰਤੇ ਜਾਂਦੇ ਸਨ ਜਲਦ ਹੀ ਕਾਨੂੰਨੀ ਅਮਲ ਚੋਂ ਬਾਹਰ ਹੋ ਜਾਣਗੇ। ਉਹਨਾਂ ਦੀ ਥਾਂ ਸਟਰੀਟ ਸੈਕਸੁਅਲ ਹਰਾਸਮੈਂਟ, ਸੈਕਸ ਵਰਕਰ ਅਤੇ ਹੋਮਮੇਡ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਣਗੀ। ਵੈਸੇ ਤਾਂ ਛੇੜਛਾੜ ਦੇ ਸ਼ਬਦ ਜਿਹੜੇ ਆ ਅਦਾਲਤ ਦੇ ਵਿੱਚ ਈਵ ਟੀਚਿੰਗ ਹੋ ਗਿਆ ਜਾਂ ਦੇਹ ਵਪਾਰ ਨੂੰ ਪ੍ਰੋਸਟੀਟਿਊਟ ਹੋ ਗਿਆ ਜਾਂ ਹਾਊਸ ਵਾਈਫ ਵਰਗੇ ਸ਼ਬਦ ਅਦਾਲਤ ਦੇ ਵਿੱਚ ਔਰਤਾਂ ਲਈ ਵਰਤੇ ਜਾਂਦੇ ਸੀਗੇ, ਪਰ ਹੁਣ ਇਹ ਪੂਰਨ ਤੌਰ ਦੇ ਉੱਤੇ ਕਾਨੂੰਨੀ ਅਮਲ ਚੋਂ ਬਾਹਰ ਹੋ ਜਾਣਗੇ ਤਾਂ ਇਹਨਾਂ ਸ਼ਬਦਾਂ ਦੀ ਜਗ੍ਹਾ ਤੇ ਔਰਤਾਂ ਦੇ ਲਈ ਅਦਾਲਤ ਦੇ ਵਿੱਚ ਇਹ ਵਾਲੇ ਸ਼ਬਦ ਵਰਤੇ ਜਾਣਗੇ ਜੋ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜਿਵੇਂ ਸਟਰੇਟ ਸੈਕਸੁਅਲ ਹਰਾਸਮੈਂਟ, ਸੈਕਸ ਵਰਕਰ ਤੇ ਹੋਮ ਮੇਕਰ ਵਰਗੇ ਸ਼ਬਦਾਂ ਦਾ ਪ੍ਰਯੋਗ ਔਰਤਾਂ ਦੇ ਲਈ ਅਦਾਲਤ ਦੇ ਵਿੱਚ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਇੱਕ ਕਿਤਾਬ ਚਾ ਰਿਲੀਜ਼ ਕੀਤੀ ਹੈ ਜਿਸ ਵਿੱਚ ਲਿੰਗ ਆਧਾਰ ਤੇ ਮਹਿਲਾਵਾਂ ਲਈ ਵਰਤੇ ਜਾਂਦੇ ਤਰਕਹੀਣ ਸ਼ਬਦਾਂ ਦੀ ਥਾਂ ਤੇ ਬਦਲਵੇਂ ਸ਼ਬਦ ਸੁਝਾਏ ਹਨ। ਵੇਰਵਿਆਂ ਦੇ ਅਨੁਸਾਰ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਿੱਚ ਜਦੋਂ 5 ਮੈਂਬਰੀ ਬੈਂਚ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਸੰਬੰਧੀ ਪਟੀਸ਼ਨ ਦੀ ਸੁਣਵਾਈ ਲਈ ਬੈਠਿਆ ਤਾਂ ਉਸ ਵਕਤ ਜਸਟਿਸ ਨੇ ਹੈਂਡਬੁੱਕ ਔਨ ਕੈਬਨਿਟਿੰਗ ਜੈਂਡਰ ਸਟੀਰੀਓਟਾਈਪਸ ਰਿਲੀਜ਼ ਕਰਨ ਦਾ ਐਲਾਨ ਕੀਤਾ। ਯਾਨੀ ਕਿ ਇੱਕ ਹੈਂਡਬੁੱਕ ਜਿਹੜੀ ਹੈ ਉਸ ਵਕਤ ਦਿੱਤੀ ਗਈ ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਉਜਾਗਰ ਕਰਦੀ ਹੈ ਇਹ ਹੈਂਡਬੁੱਕ ਕਿ ਕਿਸ ਤਰੀਕੇ ਦੇ ਨਾਲ ਔਰਤ ਦੇ ਲਈ ਜੋ ਸ਼ਬਦ ਅਦਾਲਤ ਦੇ ਵਿੱਚ ਵਰਤੇ ਜਾਂਦੇ ਨੇ ਹੁਣ ਉਹਨਾਂ ਦਾ ਪ੍ਰਯੋਗ ਉਹ ਨਹੀਂ ਕੀਤਾ ਜਾਵੇਗਾ ਜਿਵੇਂ ਛੇੜਛਾੜ ਦੇ ਵਪਾਰ ਹਾਊਸ ਵਾਈਫ ਵਰਗੇ ਸ਼ਬਦ ਔਰਤਾਂ ਦੇ ਲਈ ਅਦਾਲਤ ਦੇ ਵਿੱਚ ਨਹੀਂ ਵਰਤੇ ਜਾਣਗੇ। ਇਸ ਨੂੰ ਪੂਰਨ ਤੌਰ ਦੇ ਉੱਤੇ ਕਾਨੂੰਨੀ ਅਮਲ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਉਹਨਾਂ ਦੀ ਜਗ੍ਹਾ ਜੋ ਸ਼ਬਦ ਹੋਰ ਸੁਝਾਏ ਗਏ ਨੇ ਉਹਨਾਂ ਦਾ ਪ੍ਰਯੋਗ ਅਦਾਲਤ ਦੇ ਵਿੱਚ ਔਰਤਾਂ ਲਈ ਕੀਤਾ ਜਾ ਸਕਦਾ ਹੈ। ਕੀ ਤੁਸੀਂ ਹਜੇ ਤੱਕ ਆਪਣੇ ਦਿਨ ਦੀ ਸ਼ੁਰੂਆਤ ਕੈਮੀਕਲ ਨਾਲ ਬਣੀ ਹੋਈ ਚਾਹ ਤੋਂ ਕਰ ਰਹੇ ਹੋ ਤੇ ਸਾਰਾ ਦਿਨ ਐਸਿਡਿਕ ਫੀਲ ਕਰ ਰਹੇ ਹੋ? ਨਾ 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 ਨਾ, ਚਾਹ ਨਹੀਂ ਛੱਡਣੀ, ਬਸ ਪਲੈਨਟ ਆਯੁਰਵੇਦਾ ਦੀ ਅਰਜੁਨ ਟੀ ਪੀਣੀ ਹੈ। ਇਹ ਤੁਹਾਡੀ ਸਿਹਤ ਦੀ ਹੈ ਬੈਸਟ ਫਰੈਂਡ। ਅਬ ਘਰ ਬੈਠੇ ਆਨਲਾਈਨ ਕੰਸਲਟੇਸ਼ਨਸ ਕਰੇ ਟੌਪ MD ਆਯੁਰਵੇਦਾ ਸਪੈਸ਼ਲਿਸਟ ਕੇ ਸਾਥ, ਇੰਡੀਆ ਕਾ ਬੈਸਟ ਆਨਲਾਈਨ ਆਯੁਰਵੇਦਿਕ ਕਲੀਨਿਕ ਔਰ ਪਾਏ ਸਾਰੀ ਆਯੁਰਵੇਦਿਕ ਮੈਡੀਸਿਨਸ ਕੀ ਹੋਮ ਡਿਲੀਵਰੀ ਵਰਲਡ ਵਾਈਡ। ਪ੍ਰੋਬਲਮ ਕੋਈ ਵੀ ਹੋ, ਸੋਲੂਸ਼ਨ ਸਿਰਫ ਇੱਕ, www.planetayurveda.com।